ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਅੱਜ ਤੁਸੀਂ ਦੇਖ ਕੇ ਮੈਨੂੰ ਹੈਰਾਨ ਹੋਵੋਗੇ ਕਿ ਮੈਂ ਪੱਗ ਬੰਨੀ ਹੈ, ਕਿਉਂਕਿ ਮੈਂ ਕਿਤੇ ਵੀ ਗੁਰੂ ਘਰ ਜਾਂਦਾ ਹਾਂ ਅਤੇ ਮੈਂ ਉੱਥੇ ਪੱਗ ਬੰਨ ਕੇ ਜਾਂਦਾ, ਅਤੇ ਇਹੀ ਮੈਂ ਮੇਰਾ ਡਿਸੀਜ਼ਨ ਆ, ਕਿਉਂਕਿ ਅਸੀਂ ਇੱਕ ਪੰਜਾਬੀ ਹੋ ਕੇ ਮਤਲਬ ਜੇਕਰ ਅਸੀਂ ਪੱਗ ਬੰਨ ਕੇ ਨਹੀਂ ਜਾ ਸਕਦੇ ਕਿਤੇ, ਰੁਮਾਲ ਬੰਨਣਾ ਮੈਨੂੰ ਬਹੁਤ ਜ਼ਿਆਦਾ ਔਕਵਰਡ ਲੱਗਦਾ, ਅਤੇ ਮੈਂ ਇਸ ਕਰਕੇ ਰੁਮਾਲ ਜਿਹੜਾ ਬੰਨਣ ਦੀ ਜਗ੍ਹਾ 'ਤੇ ਮੈਂ ਟਰਬਨ ਨੂੰ ਹੀ ਪ੍ਰੈਫਰੈਂਸ ਦਿੰਦਾ ਹਾਂ। ਅਤੇ ਗਾਇਜ਼ ਮੈਨੂੰ ਜ਼ਰੂਰ ਦੱਸਿਓ ਪੱਗ ਕਿੱਦਾਂ ਦੀ ਲੱਗ ਰਹੀ ਹੈ, ਅਤੇ ਚਲੋ ਮਿਲਦੇ ਹਾਂ ਫਿਰ ਉੱਥੇ ਆਪਾਂ। ਦੋਸਤੋ ਆਪਾਂ ਪਹੁੰਚ ਗਏ ਹਾਂ ਜੀ ਸ਼ਹੀਦੀ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸ੍ਰੀ ਟਾਲਾ ਸਾਹਿਬ, ਅਤੇ ਇੱਥੋਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਹੈ। ਹਾਂਜੀ, ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸ੍ਰੀ ਤਰਨ ਤਾਰਨ ਸਾਹਿਬ ਵਾਲੇ ਰੋਡ ਦੇ ਉੱਪਰ ਬਾਬਾ ਨੌਜ ਸਿੰਘ ਦੀ ਸਮਾਧਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਲਾਗੇ ਹੈ, ਅਤੇ ਤੁਸੀਂ ਇੱਥੋਂ ਦੇ ਦਰਸ਼ਨ ਕਰ ਸਕਦੇ ਹਾਂ। ਹਾਂਜੀ ਦੋਸਤੋ, ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ, ਸ਼੍ਰੀ ਟਾਲਾ ਸਾਹਿਬ ਜੀ ਗੁਰਦੁਆਰਾ ਸਾਹਿਬ ਆ, ਅਤੇ ਬਹੁਤ ਹੀ ਵਧੀਆ ਜਿਹੜੀ ਇਮਾਰਤ ਬਣੀ ਹੋਈ ਹੈ, ਅਤੇ ਅੰਦਰ ਦੇ ਵੀ ਤੁਹਾਨੂੰ ਸਾਰੇ ਦਰਸ਼ਨ ਕਰਵਾਉਣੇ ਆ। ਅਤੇ ਗਾਇਜ਼ ਨਾਲ ਚੱਲਦੇ ਚੱਲਦੇ ਵੀਡੀਓ ਦੇ ਪਲੀਜ਼ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ। ਹਾਂਜੀ ਦੋਸਤੋ, ਇੱਥੋਂ ਜਿਹੜਾ ਜੋਤ ਸਾਹਿਬ ਵਾਸਤੇ ਘਿਓ ਆ ਉਹ ਵੀ ਮੈਂ ਲੈ ਲਿਆ ਹੋਇਆ ਵਾ, ਅਤੇ ਇਹ ਹੁਣ ਮੈਂ ਲੈ ਕੇ ਅਤੇ ਅੰਦਰ ਜਿੱਥੇ ਜੋਤ ਸਾਹਿਬ ਚੱਲਦੀ ਆ ਉੱਥੇ। ਹਾਂਜੀ ਦੋਸਤੋ, ਇਹ ਸ਼ਹੀਦ ਬਾਬਾ ਟਾਲਾ ਸਾਹਿਬ ਜੀ ਵਿਖੇ ਇੱਕ ਪਵਿੱਤਰ ਸਰੋਵਰ ਆ, ਅਤੇ ਇੱਥੇ ਜਿਹੜੀ ਸੰਗਤ ਜਿੰਨੀ ਵੀ ਆਉਂਦੀ ਆ ਉਹ ਇੱਥੇ ਇਸ਼ਨਾਨ ਕਰਕੇ ਅਤੇ ਜਾਂ ਇੱਥੇ ਜਿਹੜੇ ਆ ਕਾਫੀ ਸਾਰੇ ਲੋਕ ਜਿਹੜੇ ਆ ਉਹ ਪੰਛਨਾਨਾ ਕਰਕੇ ਇਸ ਪਰੰਪਰਾ ਨੂੰ ਨਿਭਾਉਂਦੇ ਹੋਏ ਅੰਦਰ ਮੱਥਾ ਟੇਕਦੇ ਆ। ਅਤੇ ਦੋਸਤੋ, ਖਾਲਸਾ ਪੰਥ ਦਾ ਨਿਸ਼ਾਨ ਨਿਸ਼ਾਨ ਸਾਹਿਬ, ਇਸ ਤੋਂ ਇਹ ਪਤਾ ਚੱਲਦਾ ਹੈ ਕਿ ਖਾਲਸਾ ਦਾ ਨਿਸ਼ਾਨ ਜਿਹੜਾ ਹੈ ਸਭ ਤੋਂ ਉੱਚਾ ਹੈ। ਹਾਂਜੀ ਦੋਸਤੋ, ਹੁਣ ਆਪਾਂ ਅੰਦਰ ਦੇ ਵੱਲ ਨੂੰ ਜਾ ਰਹੇ ਹਾਂ, ਅਤੇ ਅੰਦਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਜਿਹੜਾ ਇਹਨਾਂ ਨੇ ਸਿਸਟਮ ਬਣਾਇਆ ਹੋਇਆ, ਅਤੇ ਬਹੁਤ ਹੀ ਵਧੀਆ ਜਿਹੜੇ ਉੱਪਰ ਝੂਮਰਸ ਜਿਹੜੇ ਲੱਗੇ ਹੋਏ ਆ ਬਹੁਤ ਹੀ ਵਧੀਆ ਲੱਗੇ ਹੋਏ ਆ, ਉਹਨਾਂ ਦੇ ਵਿੱਚ ਲਾਈਟਨਿੰਗ ਜਿਹੜੀ ਕੀਤੀ ਗਈ ਆ ਉਹ ਵੀ ਇੱਕ ਬਹੁਤ ਹੀ ਵਧੀਆ ਅਤੇ ਬਹੁਤ ਹੀ ਵੱਡਾ ਜਿਹੜਾ ਐਕਸਪੈਂਸ ਇੱਥੇ ਜਿਹੜੇ ਵੱਡੇ ਤੌਰ 'ਤੇ ਖਰਚੇ ਕੀਤੇ ਗਏ ਹੋਣਗੇ। ਅਤੇ ਆ ਲਓ ਜੀ,
ਵਾਹਿਗੁਰੂ ਜੀ ਆ ਦੇਖੋ ਜੀ ਦੋ ਦੋ ਬੀਟ ਸਾਹਿਬ ਜਿਹੜੇ ਆ ਪਰਮਾਤਮਾ ਦਾ ਪਾਠ ਚੱਲ ਰਿਹਾ ਹਮੇਸ਼ਾ ਹੀ ਇੱਥੇ ਜਿਹੜਾ 24 ਘੰਟੇ ਜਿਹੜਾ ਪਰਮਾਤਮਾ ਦਾ ਜਾਪ ਆ ਉਹ ਹੁੰਦਾ ਹੀ ਰਹਿੰਦਾ ਆ ਅਤੇ ਆਹ ਦੇਖੋ ਕਿੰਨਾ ਸੋਹਣਾ ਝੂਮਰ ਲੱਗਾ ਹੋਇਆ ਜਿਹਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਹੈ ਹਾਂਜੀ ਜਿੱਦਾਂ ਕਿ ਗਾਇਜ਼ ਤੁਸੀਂ ਦੇਖ ਰਹੇ ਹਾਂ ਕਿ ਇਹ ਜਿਹੜੇ ਸ਼ਾਸਤਰ ਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਿਹੜੇ ਪਏ ਹੋਏ ਆ ਅਤੇ ਜਿਹੜਾ ਉਹਨਾਂ ਦਾ ਮੇਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਜਿਹੜਾ ਖੰਡਾ ਸੀ ਉਹ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਉਣੇ ਆ ਤੁਸੀਂ ਸਾਡੇ ਨਾਲ ਬਣੇ ਰਹੋ ਇਸ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜਾ ਖੰਡਾ ਉਹਨਾਂ ਦੇ ਕੋਲ ਹੁੰਦਾ ਸੀ ਜਿਹੜਾ ਖੰਡਾ ਸਭ ਤੋਂ ਭਾਰਾ ਸੀ ਇਹਦਾ ਤਾਂ ਮੈਨੂੰ ਅਪਰੋਕਸੀਮੇਟਲੀ ਵੇਟ ਦਾ ਪਤਾ ਨਹੀਂ ਹੈ ਬਟ ਇਹ ਜਿਹੜਾ ਖੰਡਾ ਸਾਹਿਬ ਸੀ ਇਹ ਕਹਿੰਦੇ ਸੀ ਕਿ ਦੁਨੀਆ ਦਾ ਸਭ ਤੋਂ ਭਾਰਾ ਖੰਡਾ ਸੀ ਅਤੇ ਜਿਹੜਾ ਕਿ ਸਿਰਫ ਅਤੇ ਸਿਰਫ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਸੀ ਉਹੀ ਹੀ ਇਕੱਲੇ ਚੁੱਕ ਸਕਦੇ ਸੀ ਹੋਰ ਕੋਈ ਨਹੀਂ ਸੀ ਉਹਨੂੰ ਉਠਾ ਸਕਦਾ ਅਤੇ ਤੁਸੀਂ ਵੀ ਇਸ ਖੰਡੇ ਦੇ ਦਰਸ਼ਨ ਕਰਕੇ ਕਮੈਂਟ ਬੋਕਸ ਦੇ ਵਿੱਚ ਸੋਹਣਾ ਜਿਹਾ ਮੈਸੇਜ ਕਿਸੇ ਤਰ੍ਹਾਂ ਦਾ ਛੱਡਣਾ ਨਾ ਭੁੱਲਿਓ ਅਤੇ ਇਹ ਜੀ ਰੋਜ਼ ਵਾਈਜ਼ ਦੇਖੋ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਸ਼੍ਰੀ ਪਾਠ ਸਾਹਿਬ ਜਿਹੜੇ ਲੜੀਵਾਰ ਚੱਲਦੇ ਰਹਿੰਦੇ ਆ ਜਿਹੜੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਉਹ ਇੱਥੇ ਪਾਠ ਕਰਵਾਉਂਦੇ ਆ ਅਤੇ ਹਰ ਰੋਜ਼ ਰੋਜ਼ਾਨਾ ਜਿਹੜੇ ਪਾਠ ਸਾਹਿਬ ਆ ਉਹ ਇੱਥੇ ਚੱਲਦੇ ਰਹਿੰਦੇ ਆ ਅਖੰਡ ਪਾਠ ਸਾਹਿਬ ਅਤੇ ਬਹੁਤ ਹੀ ਇਸ ਸਥਾਨ 'ਤੇ ਆ ਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਅਤੇ ਚਲੋ ਤੁਹਾਨੂੰ ਜੋਤ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੋਤ ਸਾਹਿਬ ਸ਼ਹੀਦਾਂ ਦੇ ਸਿਰਤਾਜ ਸ਼ਹੀਦ ਬਾਬਾ ਦੀਪ ਸਿੰਘ ਜੀ ਜੋਤ ਸਾਹਿਬ ਆ ਉਹਨਾਂ ਦੀ ਇਹਨਾਂ ਦੇ ਤੁਸੀਂ ਵੀ ਦਰਸ਼ਨ ਕਰ ਲਓ